ਪਿੰਡ ਆ, ਉੱਥੋਂ ਦੀ ਕਿਰਨਦੀਪ ਕੌਰ ਲੜਕੀ ਸੀ, ਉਹਦੇ ਪ੍ਰੇਮ ਸੰਬੰਧ ਚੱਲਦੇ ਸੀ ਗਗਨਦੀਪ ਗੱਗੋ ਨਾਲ। ਉਹਨਾਂ ਦੀ ਕੋਈ ਹੁਣ ਵਿਆਹ ਕਰਾਉਣ ਤੋਂ ਗਗਨਦੀਪ ਭੱਜਦਾ ਸੀ, ਅਤੇ ਉਹਦੇ ਵਿੱਚ ਉਹਨਾਂ ਨੇ ਤਹਿਸ਼ ਚਾ ਕੇ ਉਹਨੂੰ ਮਤਲਬ ਗੁੱਸੇ ਦੇ ਵਿੱਚ ਆ ਕੇ ਆਪਣੇ 'ਤੇ ਤੇਲ ਪਾ ਕੇ ਅਤੇ ਉਹਨੇ ਅੱਗ ਲਾ ਲਈ। ਹਾਂਜੀ, ਕਾਸਟ ਨਹੀਂ ਇਹਨਾਂ ਦੀ ਹੈਗੀ ਆ, ਲੜਕੀ ਦੀ ਮਜ਼੍ਹਬੀ ਸਿੱਖ ਆ ਅਤੇ ਲੜਕੇ ਦੀ ਮੈਰਿਜ ਸਿੱਖ ਆ। ਉਹ ਕਾਸਟ ਦੇ ਫਰਕ ਹੋਣ ਕਰਕੇ ਉਹਨੇ ਕਿਹਾ ਮੈਂ ਆਪਣੀ ਕਾਸਟ ਦੇ ਵਿੱਚ ਵਿਆਹ ਕਰਾਉਣਾ, ਅਤੇ ਜਿਹੜਾ ਇਹਨੇ ਇਸੇ ਵਿੱਚ ਹੀ ਕਰਕੇ ਵੀ ਮੇਰੇ ਨਾਲ ਇਹਨੇ ਪਹਿਲਾਂ ਪ੍ਰੇਮ ਸੰਬੰਧ ਸੀ ਅਤੇ ਵਿਆਹ ਨਹੀਂ ਕਰਾਇਆ, ਅਤੇ ਇਹਨੇ ਆਪਣੇ 'ਤੇ ਤੇਲ ਪਾ ਕੇ ਅਤੇ ਇਹਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਹ ਉਹਦੇ ਕਹਿਣ ਮੁਤਾਬਕ ਆ ਜੀ, ਵੀ ਉਹਨੇ ਲਿਆ ਸੀ, ਉਹਦੇ ਮੁਤਾਬਕ ਅਸੀਂ ਸਟੇਟਮੈਂਟ ਰਿਕਾਰਡ ਕਰ ਲਈ ਆ, ਅਤੇ ਆਪਾਂ ਕਾਰਵਾਈ ਜਿਹੜੀ ਕਰਕੇ ਅਤੇ ਤਫਤੀਸ਼ ਅਗਲੀ ਅਮਲ ਵਿੱਚ ਲਿਆਵਾਂਗੇ। ਬਸ ਅਜੇ ਲਿਖੀ ਆ ਜੀ, ਬਸ ਕਰਨੇ। ਸੁਨੀਤਾ, ਸੁਨੀਤਾ ਨਰਾਣਗੜ ਇਹਨੇ ਕਿਸੇ ਦੇ ਮੁੰਡੇ ਦੇ ਮਗਰ ਲੱਗੇ ਤੇ ਅੱਗ ਲਾ ਲਈ ਹੈ। ਕਿਰਨਦੀਪ ਦੋ ਮਹੀਨੇ ਘੱਟ 18 ਸਾਲਾਂ ਤੋਂ। ਕਿਹੜਾ ਮੁੰਡਾ, ਕੀ ਨਾਮ? ਗਗਨ। ਗਗਨ ਕਿੱਥੋਂ ਆਇਆ ਹੈ? ਉੱਥੋਂ ਦਾ ਲਾਗੋ ਦਾ ਹੀ ਹੈ। ਹਾਂਜੀ, ਲਾਗੋ ਦਾ ਹੀ ਹੈ। ਕਿੰਨਾ ਚਿਰ ਹੋ ਗਿਆ ਇਹਨਾਂ ਦੇ ਆਪਸ ਵਿੱਚ? 2 ਸਾਲ ਹੋ ਗਏ ਇਹਨਾਂ ਦੀ ਗੱਲਬਾਤ ਚੱਲਦੀ ਨੇ। ਤੇ ਕਹਿੰਦਾ ਹੀ ਆਉਂਦਾ ਸੀ ਮੈਂ ਤੇਰੇ ਨਾਲ ਵਿਆਹ ਕਰਾ ਲੂੰਗਾ, ਤੇ ਮੁੜ ਕੇ ਹੁਣ ਇਹਨੇ ਪੁੱਛਿਆ ਤੇ ਹੁਣ ਮੁੱਕਰ ਗਿਆ, ਤੇ ਇਹ ਆਉਂਦੀ ਮੈਂ ਕੁਛ ਕਰ ਲੈਣਾ ਵਾ, ਤੇ ਉਹ ਕਹਿੰਦਾ ਆਉਂਦਾ ਜਾ ਕਰ ਲਾ ਹੋਵੇ, ਮੈਂ ਤੈਨੂੰ ਪੈਟਰੋਲ ਲਿਆ ਕੇ ਦੇਣਾ ਵਾ, ਤੂੰ ਲਾ ਲਾ ਅੱਗ ਲਾਉਣੀ ਤੇ। ਤੇ ਇਹਨੇ ਲਾ ਲਈ। ਹਾਂਜੀ, ਮੁੰਡਾ ਆਉਂਦਾ ਜਾ ਲਾ ਲਾ ਅੱਗ, ਮੁੱਕਰਦਾ ਸੀ ਵਿਆਹ ਤੋਂ, ਕਹਿੰਦਾ ਮੈਂ ਆਪਣੀ ਜਾਤ ਬਰਾਦਰੀ ਨਾਲ ਵਿਆਹ ਕਰਾਉਣਾ, ਤੇ ਨਾ ਨਹੀਂ ਕਰਾਉਣਾ। ਅਸੀਂ ਮਜ਼੍ਹਬੀ ਸਿੰਘ ਆ, ਮੇਰੇ ਆ ਇਹ ਸ਼ਨੀਵਾਰ ਦਾ ਹੋਇਆ ਸੀ 9:30 ਦਾ। ਪੁਲਿਸ ਵਾਲੇ ਨੇ ਅਸੀਂ ਗਏ ਸੀ, ਪੁਲਿਸ ਵਾਲੇ ਨੇ ਅਜੇ ਕੋਈ ਕਾਰਵਾਈ ਨਹੀਂ ਕੀਤੀ। ਮੇਰੀ ਬੇਟੀ ਠੀਕ ਹੋਣੀ ਚਾਹੀਦੀ, ਮੈਨੂੰ ਨਹੀਂ ਚਾਹੀਦਾ ਕੁਛ। ਮੁੰਡੇ ਦੇ ਖਿਲਾਫ਼ ਕੇਸ ਜਾਵੇ। ਮੈਂ ਘਰੋਂ ਬਾਹਰ ਹੈਗਾ ਸੀ, ਇਹਨਾਂ ਨੇ ਪਤਾ ਨਹੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਅੱਗ ਲਾਈ ਹੈ, ਪਰ ਮੈਂ ਚਾਹੁੰਦਾ ਵਾ ਵੀ ਮੁੰਡੇ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਵਜ੍ਹਾ ਇਹ ਦੱਸ ਰਹੇ ਆ ਵੀ ਦੋਨੋਂ ਆਪਸ 'ਚ ਲਿਸ ਰਹੇ ਇਹਨਾਂ ਦੇ ਦੋਨੋਂ ਦੇ 2 ਸਾਲ ਤੋਂ, ਅਤੇ ਦੋ ਮਹੀਨੇ ਰਹਿ ਗਏ ਤੇ ਇਹਨਾਂ ਨੇ ਪੁੱਛਿਆ, ਉਹ ਕਹਿੰਦਾ ਨਹੀਂ ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ। ਉਹ ਕਹਿੰਦਾ ਵੀ ਜਾ ਜੋ ਮਰਜ਼ੀ ਕਰ ਲਾ, ਕਹਿੰਦਾ ਮੇਰੀ ਵੱਲੋਂ ਮਰ ਜਾ ਭਾਵੇਂ ਜੋ ਮਰਜ਼ੀ ਕਰ ਲਾ। ਉਹਨੇ ਇਹਨੂੰ ਪੈਟਰੋਲ ਲਿਆ ਕੇ ਦਿੱਤਾ ਅਤੇ ਇਹਨੇ ਕਿਤੇ ਅੱਗ ਲਾ ਲਈ ਰਾਤ ਨੂੰ। ਨਹੀਂ ਸਰ, ਮੇਰੇ ਸਾਰੇ ਘਰ ਦੇ ਬਾਹਰ ਸੀ, ਇਹਨੇ ਅੰਦਰੋਂ ਇਕੱਲੀ ਨੇ ਲੋਕ ਅੰਦਰੋਂ ਲਾਇਆ ਅਤੇ ਅੰਦਰ ਅੱਗ ਲੱਗ ਗਈ, 90% ਸੜ ਗਈ। ਮੁੰਡਾ ਲਾਗੇ ਹੀ ਹੈਗਾ, ਗੁਆਂਢੀਆਂ ਦਾ ਉਹਦਾ ਨਾਂ ਹੈਗਾ ਗਗਨਦੀਪ, ਲੱਕੜ ਦਾ ਕੰਮ ਕਰਦਾ। ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਸਾਡੀ ਸੁਣਵਾਈ ਨਹੀਂ ਹੋਈ। ਨਹੀਂ, ਧਮਕੀ ਉਹਨਾਂ ਨੇ ਇਹ ਲਾਈ ਵੀ ਉਹਨਾਂ ਨੇ ਦਬਾਅ 'ਚ ਆ ਕੇ ਕੁੜੀ ਨੂੰ ਗਲਤ ਬਿਆਨ ਲਏ ਉਹਨਾਂ ਨੇ ਇੱਕ ਵਾਰ, ਪਰ ਅਸੀਂ ਉਹਦੇ ਘਰ ਵਾਲੇ ਅਸੀਂ ਸੁਣਦੇ ਹਾਂ ਵੀ ਉਹਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਕਿੰਨੇ ਬਿਆਨ ਲਏ ਉਹ ਪੁਲਿਸ ਵਾਲੇ ਖਾਸੇ ਤੋਂ? ਮੁੰਡੇ ਵਾਲੇ ਕੁੜੀ ਨੂੰ ਧਮਕੀਆਂ ਦਿੰਦੇ, ਕਹਿੰਦੇ ਵੀ ਸਾਡੇ ਖਿਲਾਫ਼ ਬਿਆਨ ਨਾ ਦੇ। ਅਸੀਂ ਚਾਹੁੰਦੇ ਹਾਂ ਵੀ ਮੁੰਡੇ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ, ਪਾਸੇ ਦੀ ਕੁੜੀ ਮਿੱਟੀ ਹੋ ਗਈ ਹੈ। ਡਾਕਟਰ ਅਮਨਪ੍ਰੀਤ ਸਿੰਘ ਹੈਗਾ ਜੀ। ਪੇਸ਼ੈਂਟ ਨਾਮ ਕਿਰਨ ਹੈ, ਅਤੇ ਬੰਦ ਦਾ ਕੇਸ ਆਇਆ ਸਾਡੇ ਕੋਲ ਐਮਰਜੈਂਸੀ ਵਿੱਚ ਸ਼ਨੀਵਾਰ ਨੂੰ, ਲਾਸਟ ਸ਼ਨੀਵਾਰ ਨੂੰ। ਅਤੇ ਸਾਡੇ ਕੋਲ ਜਦੋਂ ਇਹ ਆਏ ਸੀਗੇ ਉਦੋਂ ਇਹਨਾਂ ਦੇ 70-80% ਬੰਦ ਸੀਗੇ, ਅਤੇ 3 ਡਿਗਰੀ ਬੰਦ ਸੀਗੇ। ਉਸ ਤੋਂ ਬਾਅਦ ਆਪਾਂ ਆਉਂਦੀ ਨਾਲ ਟ੍ਰੀਟਮੈਂਟ ਸ਼ੁਰੂ ਕਰਤਾ ਸੀਗਾ, ਅਤੇ ਉਹ ਟ੍ਰੀਟਮੈਂਟ ਦੀ ਦੌਰ ਤੱਲੇ ਤੱਕ ਤਾਂ ਠੀਕ ਨੇ ਇਹ, ਪਰ ਆਪਾਂ ਅੱਗੇ ਇੱਦਾਂ ਕੁਛ ਜ਼ਿਆਦਾ ਜਿਹਦੇ ਪੂਰੀ ਤਰ੍ਹਾਂ ਠੀਕ ਨਹੀਂ ਹੋ ਜਾਂਦਾ ਪੁਗਦੇ ਤੱਕ ਜ਼ਿਆਦਾ ਕਰਨਾ। ਸਾਡੇ ਵੱਲੋਂ ਆਈ ਵੀ ਫਲਿਊਡ ਚੱਲਦੇ ਹੁੰਦੇ ਆ, ਜਿਹੜੀਆਂ ਬੋਨਸ ਹੈਗੀਆਂ ਆਪਾਂ ਉਹਨਾਂ 'ਤੇ ਕਰਦੇ ਹੁੰਦੇ ਹਾਂ, ਲੇਪ ਵਗੈਰਾ ਜਿਹੜੇ ਕਹਿੰਦੇ ਆ, ਕਰੀਮ ਵਗੈਰਾ ਲਾਉਣੇ ਹੁੰਦੇ ਆ, ਠੀਕ ਹੈ। ਅਤੇ ਨਾਲੇ ਉਸ ਤੋਂ ਬਾਅਦ ਸੈਂਟਰ ਲਾਈਨ ਪਾਈ ਦੀ, ਆਪਾਂ ਇੱਕ ਸੈਂਟਰ ਲਾਈਨ ਤਾਂ ਪਾਈ ਵੀ ਵੇਵਸ ਲੱਗਦੀਆਂ ਨਹੀਂ ਹੈਗੀਆਂ,
ਉਹਦੇ ਨਾਲ ਆਈ ਵੀ ਫਲੂਇਡ ਦੇਣੇ ਹੁੰਦੇ, ਮੇਨਲੀ ਆਈ ਵੀ ਫਲੂਇਡ ਜਾਂਦੇ ਹੁੰਦੇ ਆ ਤਾਂ ਕਿ ਜਿਹੜਾ ਅੰਦਰ ਪਾਣੀ ਦੀ ਜਿਹੜੀ ਘੱਟ ਜਾਂਦੀ ਹੁੰਦੀ ਆ ਉਹ ਪੂਰੀ ਹੁੰਦੀ ਰਹਿੰਦੀ।